ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਦ ਮਿਲ ਕੀ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜੋੰਦਾ ਆਯੁਰਵੇਦ ਤੇ ਮੈਂ ਰੂਮ ਤੇ ਬੈਠਾ ਸੀ ਦਰਅਸਲ ਮੈਂ ਇੱਕ ਬੁੱਕਸ ਪੜ੍ਹ ਕੇ ਹਟਿਆ ਸੀ ਬਹੁਤ ਹੀ ਅੱਛੀ ਬੁੱਕਸ ਹੈ ਜੋ ਵੀਰ ਕਹਿੰਦੇ ਹੈ ਵੀ ਗੁਫਤੋ ਰੋਕਾਂ ਦੇ ਅਸੀਂ ਮਾਹਿਰ ਬਣ ਜਾਈਏ ਜਾਂ ਸਾਨੂੰ ਕੋਈ ਐਦਾਂ ਦੀ ਬੁੱਕਸ ਮਿਲ ਜੇ ਜੋ ਗੁਪਤ ਰੋਗਾਂ ਦੇ ਉੱਤੇ ਹੀ ਹੋਵੇ ਔਸਤਰੀ ਦੇ ਗੁਪਤ ਰੋਗਾਂ ਦੇ ਉੱਤੇ ਜਾਂ ਜੈਂਟਸ ਦੇ ਗੁਪਤ ਰੋਗਾਂ ਦੇ ਉੱਤੇ ਬਹੁਤ ਹੀ ਅੱਛੀ ਬੁੱਕਸ ਹੈ ਆ ਫੋਟੋ ਲਗਾ ਦਿੱਤੀ ਕੀ ਹੈ ਇਸ ਬੁੱਕਸ ਨੂੰ ਤੁਸੀਂ ਜਿਹੜਾ ਜਰੂਰ ਪੜ੍ਹਨਾ ਇਹਦੇ ਵਿੱਚ ਜੋ ਡੂੰਘਾਈ ਤੇ ਜਾ ਕੇ ਗੱਲਾਂ ਲਿਖੀਆਂ ਗਈਆਂ ਨੇ ਬਹੁਤ ਹੀ ਜੋ ਤੁਹਾਨੂੰ ਡੂੰਘਾਈ ਦੇ ਵਿੱਚ ਇਹਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਟੋਟਲੀ ਕੱਲੀ-ਕੱਲੀ ਤੁਹਾਨੂੰ ਜੋ ਜਾਣਕਾਰੀ ਇਹਦੇ ਵਿੱਚ ਦਿੱਤੀ ਗਈ ਹੈਗੀ ਹੈ ਤੇ ਨਾਲ ਹੀ ਨਾਲ ਪ੍ਰੋਬਲਮਾਂ ਦੇ ਜੋ ਨੁਸਖੇ ਦਿੱਤੇ ਗਏ ਨੇ ਇਹਦੇ ਵਿੱਚ ਹਰ ਇੱਕ ਪ੍ਰੋਬਲਮ ਦਾ ਅਲੱਗ-ਅਲੱਗ ਤੁਹਾਨੂੰ ਨੁਸਖਾ ਦਿੱਤਾ ਗਿਆ ਬੁਕਸ ਅਹੀ ਜੀ ਹੈ ਤੁਹਾਨੂੰ Google ਤੇ ਸਰਚ ਕਰੋਗੇ ਤੁਹਾਨੂੰ ਅਵੇਲੇਬਲ ਹੋ ਜੀਗੀ ਇਹ ਵੀਡੀਓ ਦੇ ਵਿੱਚ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦਿੱਤਾ ਗਿਆ ਤੁਸੀਂ ਲਿੰਕ ਤੋਂ ਜਾ ਕੇ ਵਾਈ ਕਰ ਸਕਦੇ ਹੋ ਮੈਂ ਇਸੇ ਲਿੰਕ ਤੋਂ ਇਸੇ 사이ਟ ਤੋਂ ਵਾਈ ਕੀਤੀ ਸੀ ਕੁਝ ਟਾਈਮ ਪਹਿਲਾਂ ਦੋ ਸੈਟ ਹੁੰਦੇ ਆ ਬੁਕਸ ਦੇ ਤਕਰੀਬਨ ਤਕਰੀਬਨ ਬੜੀਆ ਬੁੱਕਸ ਹੈ ਤੇ 100% ਜੋ ਤੁਸੀਂ ਇਹਦੇ ਵਿੱਚੋਂ ਕਾਫੀ ਤੁਹਾਨੂੰ ਸਿੱਖਣ ਨੂੰ ਜੋ ਮਦਦ ਮਿਲੇਗੀ ਕਾਫੀ ਵੀ ਰੈਦਨ ਦੇ ਬੁੱਕਸ ਦੇ ਭਾਲ ਵਿੱਚ ਰਹਿੰਦੇ ਹੈਗੇ ਆ ਜੀ ਸਾਨੂੰ ਵਧੀਆ ਬੁੱਕਸ ਮਿਲ ਸਕੇ ਜੀ ਤੋਂ ਸਾਨੂੰ ਸਿੱਖਣ ਨੂੰ ਮਿਲ ਸਕੇ ਇਹਦੇ ਵਿੱਚ ਤੁਹਾਨੂੰ ਇਹੇ ਜਿਹੇ ਨੁਸਖੇ ਦੱਸੇ ਹੋਏ ਆ ਜੋ ਤੁਹਾਨੂੰ ਰੈਡੀਮੇਡ ਬਾਜ਼ਾਰ ਦੇ ਵਿੱਚ ਵੀ ਮਿਲ ਜਾਂਦੇ ਹੈਗੇ ਤੇ ਕਈ ਨੁਸਖੇ ਇਹ ਜਿਹੇ ਹੈਗੇ ਸਿਰਫ ਜੋ ਤੁਸੀਂ ਘਰ ਹੀ ਤਿਆਰ ਕਰ ਸਕਦੇ ਹੋ ਬਹੁਤ ਅਚੀ ਬੁੱਕਸ ਹੈ ਬੁੱਕਸ ਨੂੰ ਜਰੂਰ ਪੜਿਓ ਇੱਕ ਵਾਰ ਮੇਰੇ ਕਹਿਨ ਤੇ 300 ਰੁਪਿਆ ਮੇਰੇ ਹਿਸਾਬ ਨਾਲ ਲਗਭਗ ਇਹਦੇ ਕਰੀਬ ਤੁਹਾਨੂੰ ਮਿਲ 300 ਰੁਪਏ ਖਰਚ ਨਾਲ ਤੁਹਾਨੂੰ ਬਹੁਤ ਲੱਖ ਰੁਪਏ ਦੇ ਫਾਇਦੇ ਹੋ ਜਾਣਗੇ ਇਹਦੇ ਵਿੱਚੋਂ ਤੁਸੀਂ ਹਜ਼ਾਰਾਂ ਰੁਪਏ ਤੁਸੀਂ ਕਮਾ ਸਕਦੇ ਹੋ ਜਿਹੜੇ ਵੀਰ ਪ੍ਰੈਕਟਿਸ ਕਰਦੇ ਨੇ ਉਹ ਵੀ ਇਹਨੂੰ ਜਰੂਰ ਪੜ੍ਹਨ ਜੋ ਮੇਰੇ ਤੋਂ ਸੀਨੀਅਰ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਚਲੋ ਜਿਨਾਂ ਨੂੰ ਨਹੀਂ ਪਤਾ ਉਹ ਜਰੂਰ ਪੜਿਓ ਕਈ ਵਾਰ ਕੀ ਹੁੰਦਾ ਨਹੀਂ ਜਾਣਕਾਰੀ ਹੁੰਦੀ ਬੁੱਕਸ ਬਾਰੇ ਜੋ ਬੁੱਕਸਾਂ ਤੁਸੀਂ ਅਲੱਗ-ਅਲੱਗ ਜਰੂਰ ਪੜਿਆ ਕਰੋ ਕਿਉਂਕਿ ਕੀ ਹੁੰਦਾ ਹੈ ਅਲੱਗ-ਅਲੱਗ ਬੁੱਕਸਾਂ ਪੜਨ ਦਾ ਮਕਸਦ ਕੀ ਹੁੰਦਾ ਹੈ ਸਭ ਚ ਸੇਮ ਨੁਸਖੇ ਲਿਖੇ ਹੁੰਦੇ ਨੇ ਕਈ ਵਾਰ ਉਹਨਾਂ ਦੀ ਜੋ ਬੁੱਕਸ ਸ਼ੁਰੂ ਹੋਣ ਤੋਂ ਪਹਿਲਾਂ ਭੂਮਿਕਾ ਹੁੰਦੀ ਹੈ ਜੋ ਲੇਖਕ ਉਹਨੂੰ ਬੁੱਕ ਲਿਖਦਾ ਜਿਹੜਾ ਵੈਦ ਉਹ ਆਪਣਾ ਨਿੱਜੀ ਜੋ ਆਪਣਾ ਵਿਚਾਰ ਉਹਦੇ ਵਿੱਚ ਉਹਦੇ ਰੱਖੇ ਹੁੰਦੇ ਨੇ ਤਾਂ ਕਿ ਨਿੱਜੀ ਵਿਚਾਰ ਰੱਖੇ ਹੋਏ ਸਭ ਦਾ ਆਪਾਂ ਨਿਚੋੜ ਕੱਢ ਕੇ ਉਹ ਨੁਸਖਿਆਂ ਦਾ ਅਮਲ ਅਲੱਗ-ਅਲੱਗ ਨੁਸਖਿਆਂ ਨੂੰ ਨਿਚੋੜ ਕੱਢ ਕੇ ਆਪਾਂ ਜੋ ਉਹਨੂੰ ਆਪਾਂ ਪ੍ਰੈਕਟਿਸ 'ਚ ਵਰਤਦੇ ਹਾਂ ਜਦੋਂ ਫਿਰ ਆਪ ਨੂੰ ਪਤਾ ਚੱਲਦਾ ਕਿਹੜਾ ਨੁਸਖਾ ਕਿੰਨਾ ਕੰਮ ਕਰਦਾ ਇਸ ਲਈ ਤੁਸੀਂ ਅਲੱਗ-ਅਲੱਗ ਬੁਕਸਾਂ ਜ਼ਰੂਰ ਪੜੋ ਤੇ ਬੁਕਸਾਂ ਪੜਦੇ ਰਹੋ ਪੂਰੀ ਲਾਈਫ 'ਚ ਤੁਸੀਂ ਕੋਈ ਇਹੋ ਜਿਹੀ ਬੁਕਸ ਨਾ ਛੱਡੋ ਜਿਸ 'ਚ ਸਾਰੀ ਲਾਈਫ ਤੁਸੀਂ ਜ਼ਰੂਰ ਪੜੋ ਕਿਉਂਕਿ ਸਿੱਖਣ 'ਦੀ ਕੋਈ ਉਮਰ ਨਹੀਂ ਹੁੰਦੀ ਤੇ 나ਈ ਬੰਦਾ ਸਾਰੀ ਉਮਰ ਸਿੱਖ ਸਕਦਾ ਹੈ ਗਿਆਨ ਜਿੱਥੋਂ ਮਿਲ ਜੇ ਲੈ ਲਓ ਆਪਣੇ ਕੋਲ ਕਾਫੀ ਸਾਰੀ ਬੁਕਸਾਂ ਨੇ ਜੋ ਪੀਡੀਐਫ 'ਤੇ ਨੇ ਜੋ ਬੁਕਸ ਆਯੁਰਵੇਦ ਵਾਲਾ ਹੁੰਦੇ ਸਕੀਨੇ ਵੀਰ ਜਾ ਬੁਕਸਾਂ ਪੜ੍ਹਨਦੇ ਸੁਕੀਨ ਸੌਂਕ ਰੱਖਦੇ ਨੇ ਸ਼ੌਂਕੀ ਨੇ ਤੋਂ ਉਹ ਆਪਣੇ ਤੋਂ ਪੀਡੀਐਫ ਲੈ ਸਕਦੇ ਆਪਣੇ ਵਟਸਐਪ ਤੇ ਵੌਇਸ ਮੈਸੇਜ ਕਰ ਦੋ ਜਾਂ ਤੁਸੀਂ ਪੀਡੀਐਫ ਲਿਖ ਕੇ ਭੇਜ ਦੋ ਤੁਹਾਨੂੰ ਪੀਡੀਐਫ ਆ ਜੋ ਬੁਕਸਾਂ ਦੇ ਸੈਂਡ ਕਰ ਦਵਾਂਗੇ ਹਿੰਦੀ ਬੁਕਸ ਦੇ ਕਾਫੀ ਸਾਰੇ ਪੀਡੀਐਫ ਨੇ ਆਪਣੇ ਕੋਲ ਤੇ ਪੰਜਾਬੀ ਬੁਕਸ ਦੇ ਵੀ ਪੀਡੀਐਫ ਐ ਆਪਣੇ ਕੋਲ ਉਹ ਤੁਹਾਨੂੰ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਆਪਣੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਐਦਾਂ ਦੇ ਬਹੁਤ ਸਾਰੇ ਨੁਸਖੇ ਮਿਲਦੇ ਰਹਿਣਗੇ ਅਗਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਘੰਟੀ ਦਾ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ